ਜੇ ਸਾਨੂੰ ਜਵਾਬ ਨਹੀਂ ਦੇ ਸਕਦੇ ਸਾਡਾ ਤਾਂ ਵੋਟਾਂ ਕਿਉਂ ਮੰਗਦੇ ਨੇ। ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਕਈ ਥਾਵਾਂ ਤੇ ਚੋਣ ਪ੍ਰਚਾਰ ਕਰਨ ਗਏ ਲੀਡਰਾਂ ਨੂੰ ਲੋਕਾਂ ਨੇ ਘੇਰ ਘੇਰ ਕੇ ਉਹਨਾਂ ਸਰਕਾਰਾਂ ਦੁਆਰਾ ਕੀਤੇ ਵਾਅਦੇ ਯਾਦ ਵੀ ਕਰਵਾ ਰਹੇ ਨੇ। ਮਿਲੀ ਜਾਣਕਾਰੀ ਦੇ ਮੁਤਾਬਕ ਹੱਦ ਉਸ ਵੇਲੇ ਹੋ ਗਈ ਜਦੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਦੇ ਪਿੰਡ ਖੋਖਰ ਦੇ ਨੌਜਵਾਨ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਯਾਦ ਕਰਵਾਇਆ ਤੇ ਰਾਜਾ ਵੜਿੰਗ ਸਾਹਮਣੇ ਖੜਾ ਉਸਦੇ ਮੂੰਹ ਵੱਲ ਵੇਖਦਾ ਰਿਹਾ, ਜਿਸ ਤੋਂ ਬਾਅਦ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ, ਕੋਈ ਨੌਕਰੀ ਨਹੀਂ ਮਿਲੀ, ਕੋਈ ਬੇਰੁਜ਼ਗਾਰੀ ਭੱਤਾ ਮਿਲਿਆ, ਅਸੀਂ ਵੋਟਾਂ ਵੀ ਪਾਉਣੀਆਂ ਸੀਗੀਆਂ ਨਿਆਣਿਆਂ ਨੂੰ, ਵਧੇਰੀਆਂ ਕੁਰਸੀਆਂ ਕਰਾਈਆਂ ਸੀ, ਛੁੱਟੀ ਆ ਕੇ ਫੋਨ ਵੀ ਕਰਦੇ, ਹਮ ਕਹਿੰਦੇ ਜੱਸੀ ਸਾਹਿਬ ਖੜੇ ਗਏ ਸਨ, ਕੋਈ ਕੰਮ ਨਹੀਂ ਹੁੰਦਾ ਹੈਗਾ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਬਹਾਦਰਪੁਰ ਪਿੰਡ ਦੇ ਵਿੱਚ ਉਸ ਸਮੇਂ ਭਾਸ਼ਣਾ ਪੈ ਗਈਆਂ ਜਦੋਂ ਲੋਕਾਂ ਨੇ ਕੀਤਾ ਵਾਅਦਾ ਤਾਂ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ। ਸਾਰਿਆਂ ਨੇ ਮਜ਼ਾਕ ਡਾਇਆ ਯਾਰ, ਅਸੀਂ ਇਹ ਨੀ ਕਹਿੰਦੇ ਇਹਨਾਂ ਨੂੰ, ਜਿਹੜੀ ਵੀ ਸਰਕਾਰ ਆਉਂਦੀ ਆ ਵਾਅਦੇ ਫੋਨ ਖੋਲਦੇ ਨੇ ਫੋਨ ਹੱਥਾਂ ਚੋਂ ਸਾਨੂੰ ਜਵਾਬ ਨਹੀਂ ਦੇ ਸਕਦੇ ਸਾਡਾ ਤਾਂ ਵੋਟਾਂ ਕਿਉਂ ਮੰਗਦੇ ਨੇ। ਇੱਥੇ ਜਿਹੜਾ ਮਰਜ਼ੀ ਪਾਰਟੀ ਦਾ ਆਜੇ, ਅਸੀਂ ਕਿਸੇ ਪਾਰਟੀ ਦਾ ਹੱਕ ਨਹੀਂ ਲੈਂਦੇ। ਗਰੀਬ ਦਾ ਮਜ਼ਾਕ ਕਰਦੇ ਨੇ ਬੱਚੇ ਯਾਰ, ਕਹਿੰਦਾ ਬੱਚੇ ਗਰੀਬ ਦਾ ਮਜ਼ਾਕ ਕਰਦੇ ਨੇ, ਉਹੀ ਤਾਂ ਗਰੀਬ ਦਾ ਕਿਉਂ ਮਜ਼ਾਕ ਕਰਦੇ ਨੇ, ਇਹ ਤਾਂ ਜੀ ਧੱਕਾ ਫਿਰਿਆ ਵਾ, ਧੱਕਾ ਫਿਰਿਆ ਵਾ, ਬੱਚੇ ਮਜ਼ਾਕ ਕਰਦੇ ਕਿਉਂ ਨੇ, ਗਰੀਬ ਨੂੰ ਕੀ ਕਹਿੰਦਾ, ਬੱਚੇ ਦਾ ਦੇਖੋ ਕਮੇ ਨਹੀਂ ਸਾਰੇ। ਲੱਗਦਾ ਹੈ ਹੁਣ ਲੋਕ ਪੂਰੀ ਤਰ੍ਹਾਂ ਦੇ ਨਾਲ ਜਾਗ ਚੁੱਕੇ ਨੇ, ਸਰਕਾਰਾਂ ਦੁਆਰਾ ਕੀਤੇ ਝੂਠੇ ਵਾਅਦਿਆਂ ਤੋਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ। ਪਰ ਹੁਣ ਵੇਖਣਾ ਇਹ ਦਿਲਚਸਪ ਹੋਵੇਗਾ ਕਿ ਇਹ ਸਭ ਕੁਝ ਹੋਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਆਪਣਾ ਵਿਸ਼ਵਾਸ ਕਿਸ ਪਾਰਟੀ 'ਤੇ ਜਤਾਉਂਦੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।